ਅਸਲਾਮ ਅਲੈਕਮ ਜੀ, ਉਮੀਦ ਕਰਨੇ ਤੁਸਾਂ ਸਾਰੇ ਵਾਲੋ ਸੋ। ਮੈਂ ਸ਼ਕੀਲ ਚੌਧਰੀ, ਇੱਥੋਂ ਤੱਕੀ ਰਿਹਾ ਖਾੜਕ ਟੀ ਵੀ। ਜਨਾਬੇ ਵਾਲਾ, ਅੱਜ ਅਸਾਂ ਮੌਜੂਦ ਹਾਂ ਆਪਣੇ ਘਰ ਦੀ ਛੱਤ ਪਰ। ਤਾਂ ਤੱਕਣੇ ਸੋ ਮਾਸ਼ਾਅੱਲਾ, ਪਿੱਛਾ ਮਗਲਾ ਡੈਮ ਸੇ ਦਿਸੀ ਰਿਹਾ ਸੀ, ਜਿਹੜਾ ਕਿ ਮੁਕੰਮਲ ਡੈਡ ਲੈਵਲ ਪਰ ਪਹੁੰਚ ਚੁੱਕਿਆ ਵੈ। ਤਾਂ ਮੱਲੀ ਐਸੀ ਜਿਹੜੀ ਉਹ ਸਾਰੀ ਬਾਹਰ ਨਿਕਲੀ ਆਈ ਹੈ, ਲਿਹਾਜ਼ਾ ਉਸਨੇ ਉੱਪਰ ਜਾਣਾ ਖਤਰੇ ਤੋਂ ਖਾਲੀ ਨਹੀਂ ਹੈ। ਜਨਾਬ ਤੱਕਣੇ ਸੋ ਜੀ, ਕਿ ਮੰਗਲਾ ਡੈਮ ਜਿਹੜੀ ਇਹ ਮੱਲ ਹੈ ਸਾਰੀ ਆਈ ਹੈ ਬਾਹਰ। ਕਲੋਜ਼ ਕਰਕੇ ਦੱਸ ਰਿਹਾ, ਇਸ ਤੱਕੋ ਕਿਸ ਤਰ੍ਹਾਂ ਪਾਣੀ ਥੋੜ੍ਹਾ ਥੋੜ੍ਹਾ ਨਜ਼ਰ ਆ ਹੀ ਰਿਹਾ ਵੈ ਕਿ ਮੰਗਲਾ ਡੈਮ ਡੈਡ ਲੈਵਲ ਦੀ ਨਿਸ਼ਾਨੀ ਹੈ ਕਿ ਪਾਣੀ ਜਾਂ ਫਿਰ ਕੋਈ ਖਤਮ ਹੋਣਿਆ ਲਾਉਣਾ ਤਾਂ ਉਹਲੇ ਇਹ ਚੀਜ਼ ਸਾਹਮਣੇ ਨਹੀਂ ਹੈ। ਇਸ ਆਪਣੇ ਘਰ ਵਾਲੀ ਛੱਤਾਂ ਪਰ ਉਸਾਂ ਕੀ ਇਹ ਮੰਜ਼ਰ ਦੱਸੀ ਰਿਹਾ ਜਨਾਬ ਤੱਕਣੇ ਸੋ, ਕਿਸ ਤਰ੍ਹਾਂ ਇੱਥੋਂ ਕਾਫੀ ਦੂਰ ਹੈ, ਕਾਫੀ ਕਲੋਜ਼ ਕਰਕੇ ਅਸੀਂ ਦੱਸ ਰਹੇ ਹਾਂ। ਇਹ ਜਨਾਬ ਤੱਕਣੇ ਸੋ ਪਾਰ ਇਹ ਮੰਗਲਾ ਕਿਲਾ ਵੈ, ਮੰਗਲਾ ਜਿਹੜਾ ਕਿਲਾ ਵੈ ਉਹ ਹੈ। ਅਤੇ ਇਹਦੇ ਤੱਕੋ ਜਨਾਬ ਇੱਕ ਗੱਡੀ ਆ ਰਹੀ ਹੈ ਜਨਾਬ ਇੱਧਰੋਂ ਬੁਣੋ, ਇਹ ਇਰਫਾਨ ਸਾਹਿਬ ਨੇ ਇਰਫਾਨ ਨੂੰ ਬਿਸ਼ੱਕ ਕਰਾ ਦਿਆ ਪਾਸੇ ਗਏ ਸਨ ਤਾਂ ਹੁਣ ਵਾਪਸ ਆਏ ਰਹੇ। ਅਤੇ ਇਹਨਾਂ ਪਿੱਛਾ ਤੱਕਣੇ ਸੋ ਵੱਡਾ ਚੜ੍ਹਨੀਆਂ ਲੱਗੀਆਂ ਜਨਾਬ, ਕਿਆ ਹੀ ਬਾਤ ਹੈ ਜਨਾਬ। ਇਹ ਤੱਕੋ ਜੀ, ਇਹ ਸਾਡੀ ਮਸਜਿਦ ਹੈ ਜਨਾਬ, ਜਾਮਿਆ ਮਸਜਿਦ ਮਹਿਰਾ ਪਦਾਲ। ਮਾਸ਼ਾਅੱਲਾ ਕਿਤਨਾ ਹੀ ਖੂਬਸੂਰਤ ਵਿਊ ਹੈ ਇੱਥੇ ਜਨਾਬ। ਹੈ ਅੱਜ ਇਨਸ਼ਾਅੱਲਾ ਇਹ ਵਲੋਗ ਤੁਹਾਨੂੰ ਕੀ ਜਾਣ ਫਿਰ ਰਾਤ ਨੇ ਵੀਡੀਓ ਦੱਸਾਂ, ਰਾਤੀ ਵੀਡੀਓ ਬਣਾ ਸਾਂ ਇਨਸ਼ਾਅੱਲਾ, ਉਹ ਤੁਹਾਨੂੰ ਕੀ ਦੱਸਾਂ ਕਿਉਂਕਿ ਚਾਨਣੀ ਹੋਣੀ ਹੈ ਕਾਫੀ ਰਾਤੀ ਇਹਦੇ। ਅਤੇ ਉਹ ਵੀ ਤੁਹਾਨੂੰ ਦੱਸਾਂ ਮਾਸ਼ਾਅੱਲਾ, ਇਹ ਦੇਖੋ ਜੀ ਕਿਆ ਹੀ ਖੂਬਸੂਰਤ ਮੰਦਰ ਹੈ ਜੀ, ਸੁਭਾਨ ਅੱਲਾਹ। ਮਾਸ਼ਾਅੱਲਾ ਤੱਕਣੇ ਸੋ ਜੀ, ਸੂਰਜ ਨਾਲ ਇੱਕ ਖੂਬਸੂਰਤ ਨਜ਼ਾਰਾ, ਮਾਸ਼ਾਅੱਲਾ ਅੱਲਾਹ ਨੇ ਕਿਆ ਹੀ ਸ਼ਾਨ ਹੈ।